Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਕੰਨੂ ਤੂੰ ਇਹਨਾਂ ਚੋਂ ਦੇਖ ਲੈ ਅੱਜ ਦੀ ਪਾਰਟੀ ਚ ਤੂੰ ਕੀ ਪਾਣਾ। ਭਈਆ ਸਾਰੇ ਗਾਣੇ ਇੱਦਾਂ ਕਿਉਂ ਰੱਖੇ? ਹੈ ਵੀ ਕੋਈ ਪੁੱਛਣ ਵਾਲੀ ਗੱਲ ਹੈ? ਐਡੇ ਵੱਡੇ ਖਾਨਦਾਨ ਦੀ ਪਾਰਟੀ ਚ ਜਾ ਰਹੇ ਹਾਂ ਤੇ ਐਵੇਂ ਥੋੜੀ ਮੂੰਹ ਚੁੱਕ ਕੇ ਚਲੇ ਜਾਵਾਂਗੇ। ਅਸੀਂ ਵੀ ਤੇ ਟਿਪ ਟੌਪ ਲੱਗਣੇ ਚਾਹੀਦੇ ਆ ਨਾ। ਅਸੀਂ ਜਿੱਦਾਂ ਦੇ ਆ ਪਰਮ ਉਦਾਂ ਠੀਕ ਆ। ਜੋ ਲੋਕ ਟਿਪ ਟੌਪ ਹੈ ਨਾ ਉਹ ਵਿਖਾਵਾ ਕਰਨ। ਨਾਲੇ ਤੈਨੂੰ ਕੀ ਲੱਗਦਾ ਕਿ ਆਰਟੀਫਿਸ਼ੀਅਲ ਗਹਿਣੇ ਪਾ ਕੇ ਅਸੀਂ ਉਹਨਾਂ ਦੀ ਬਰਾਬਰੀ ਕਰ ਸਕਾਂਗੇ? ਹਾਂ ਤੇ ਕੀ ਪਿਆਜ਼ ਟਮਾਟਰਾਂ ਦੇ ਹਾਰ ਪਾ ਕੇ ਚਲੇ ਜਾਈਏ? ਜਿਸ ਤਰ੍ਹਾਂ ਦੀ ਜਗ੍ਹਾ ਤੇ ਜਾਣਾ ਹੋਵੇ ਨਾ ਬੰਦੇ ਨੂੰ ਉਹਦੇ ਹਿਸਾਬ ਦੇ ਨਾਲ ਤਿਆਰ ਹੋ ਕੇ ਜਾਣਾ ਚਾਹੀਦਾ। ਨਾਲੇ ਅਸੀਂ ਕਿਸੇ ਨਾਲ ਬਰਾਬਰੀ ਨਹੀਂ ਕਰਨੀ, ਬਸ ਅਸੀਂ ਆਪਣੇ ਹਿਸਾਬ ਦੇ ਨਾਲ ਚੰਗੇ ਬਣ ਕੇ ਜਾਣਾ। ਨਾਲੇ ਵੱਡੀਆਂ ਵੱਡੀਆਂ ਪਾਰਟੀਆਂ 'ਚ ਨਾ ਵੱਡੇ ਵੱਡੇ ਖਾਨਦਾਨ ਦੇ ਲੋਕ ਆਏ ਹੁੰਦੇ ਨੇ, ਕੀ ਪਤਾ ਕਿੱਥੇ ਗੱਲ ਬਣ ਜਾਏ ਤੇ ਕਿਸੇ ਨੂੰ ਸਾਡੀਆਂ ਧੀਆਂ ਦੇ ਵਿੱਚ ਆਪਣੀ ਨੂੰਹ ਨਜ਼ਰ ਆ ਜਾਏ। ਇੱਕ ਵੀ ਵੱਡੇ ਖਾਨਦਾਨ ਦਾ ਰਿਸ਼ਤਾ ਆ ਗਿਆ ਨਾ ਤਾਂ ਮੇਰੀ ਦੋਵਾਂ ਧੀਆਂ ਦੀ ਜ਼ਿੰਦਗੀ ਸੈੱਟ ਸਮਝੋ। ਹੁਣ ਮੈਂ ਤੈਨੂੰ ਕੀ ਬੋਲਾਂ, ਤੈਨੂੰ ਤਾਂ ਕੁਝ ਸਮਝਾਉਣਾ ਹੀ ਬੇਕਾਰ। ਤੇ ਨਾ ਸਮਝਾਓ, ਇਹ ਸਾਡੀ ਕੁੜੀਆਂ ਦੀ ਗੱਲ, ਅਸੀਂ ਆਪੇ ਦੇਖ ਲਾਂਗੇ। ਕੀ ਤੂੰ ਕੱਲ ਕਿੱਥੇ ਗਾਇਬ ਸੀ? ਤੈਨੂੰ ਮਨਾ ਕੀਤਾ ਸੀ ਨਾ ਮੇਰੇ ਤੋਂ ਪੁੱਛੇ ਬਗੈਰ ਘਰੋਂ ਬਾਹਰ ਨਹੀਂ ਨਿਕਲਣਾ, ਕਿੱਥੇ ਉੱਡੀ ਹੋਈ ਸੀ? ਮੰਮੀ ਉਹ ਤਾਂ ਮੈਂ ਬਸ ਹੁਣ ਮੈਂ ਤੇਰੀ ਇੱਕ ਹੋਰ ਝੂਠੀ ਕਹਾਣੀ ਨਹੀਂ ਸੁਣਨੀ। ਹੁਣ ਤੂੰ ਇੱਥੇ ਆ ਤੇ ਅੱਜ ਦੀ ਪਾਰਟੀ ਵਾਸਤੇ ਨਾ ਆਪਣੇ ਲਈ ਗਹਿਣੇ ਦੇਖ ਲੈ। ਮੈਂ ਜਦ ਵੀ ਉੱਥੇ ਗਈ ਹਾਂ ਕੋਈ ਨਾ ਕੋਈ ਤਮਾਸ਼ਾ ਹੀ ਹੋਇਆ, ਮੇਰਾ ਤੇ ਮਨ ਹੀ ਨਹੀਂ ਹੈ ਉੱਥੇ ਜਾਣ ਦਾ। ਮੰਮੀ ਸਾਡਾ ਸਾਰੇ ਦੇ ਜਾਣਾ ਜ਼ਰੂਰੀ ਹੈ? ਮੇਰਾ ਬਿਲਕੁਲ ਮਨ ਨਹੀਂ ਹੈ, ਤੁਸੀਂ ਸਾਰੇ ਜਾਓ। ਹਾਂ ਹਾਂ ਤੂੰ ਤੇ ਇਹੀ ਚਾਹੇਂਗੀ ਕਿ ਅਸੀਂ ਸਾਰੇ ਜਣੇ ਚਲੇ ਜਾਈਏ ਤੇ ਤੂੰ ਕੱਲੀ ਇੱਥੇ ਆਜ਼ਾਦ ਹੋ ਕੇ ਫਿਰੇ ਤੇ ਜਿਹਨੂੰ ਮਰਜ਼ੀ ਸੱਦੇ। ਮੰਮੀ ਪਲੀਜ਼, ਕੀ ਬੋਲੀ ਜਾਂਦੇ ਹੋ? ਹੱਦ ਹੈ ਯਾਰ ਪਰਮ, ਤੂੰ ਤਾਂ ਐਵੇਂ ਉਸ ਵਿਚਾਰੇ ਦੇ ਪਿੱਛੇ ਪੈ ਗਈ। ਵਾਹ ਇਹ ਵਿਚਾਰੀ ਤੇ ਮੇਰੀ ਮੱਤ ਗਈ ਹੈ ਮਾਰੀ। ਉਫੋ ਹੁਣ ਤੁਸੀਂ ਸਾਰੇ ਲੜੋ ਨਾ, ਠੀਕ ਹੈ ਮੈਂ ਵੀ ਚੱਲਦੀ ਹਾਂ ਨਾਲ। ਤੈਨੂੰ ਤਾਂ ਮੈਂ ਲੈ ਕੇ ਹੀ ਚੱਲਾਂਗੀ, ਤੈਨੂੰ ਕੱਲੀ ਨੂੰ ਨਹੀਂ ਛੱਡਣ ਲੱਗੀ ਮੈਂ। ਤੂੰ ਹੁਣ ਇੱਧਰ ਆ ਤੇ ਆਪਣੇ ਲਈ ਛੇਤੀ ਨਾਲ ਗਹਿਣੇ ਦੇਖ ਲੈ। ਤੇ ਤੁਸੀਂ ਦੋਨੋਂ ਜਣੀਆਂ ਨਾ ਸੋਹਣੇ ਤਰੀਕੇ ਨਾਲ ਤਿਆਰ ਹੋ ਕੇ ਜਾਇਓ। ਅੱਛਾ ਇਹ ਵੇਖ Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।